डियर स्टूडेंट्स इन दिस प्रजेंटेशन वी आर गोइंग टू डिस्कस द इंस्ट्रक्शन इशुड बाई कंट्रोलर एग्जामीनेशन ऑफिस पंजाबी यूनिवर्सिटी पटियाला फॉर द एग्जामीनेशन कमेंसिंग फ्रॉम ट्वेंटी फोर्थ ट्वंटी ट्वंटी वन फॉर द सैशन ट्वंटी ट्वंटी ट्वेंटी कोविड नाइन्टीन महामारी की मौजूदा स्थिति के मद्देनज़र अकैडमिक्वंटी ट्वंटी ट्वंटी वन प्रीख्यान ਮੇ 2021 ਦੇ ਸਾਰੇ ਕੋਰਸਸਾਂ ਦੀਆਂ ਪ੍ਰੀਖਿਆਵਾਂ ਜੋ 24 ਮਈ 2021 ਤੋਂ ਸ਼ੁਰੂ ਹੋ ਰਹੀਆਂ ਹਨ ਲਈ ਹਦਾਇਤਾਂ ਹੀਟ ਲਿਖੀਆਂ ਹਨ ਇਹ ਪ੍ਰੀਖਿਆਵਾਂ ਯੂਨੀਵਰਸਿਟੀ ਵੱਲੋਂ ਪਹਿਲਾਂ ਕਰਵਾਈਆਂ ਗਈਆਂ ਆਨਲਾਈਨ ਪ੍ਰੀਖਿਆਵਾਂ ਵਾਂਗ ਬਲੈਂਡਡ ਮੋਡ ਰਾਹੀਂ ਹੀ ਕਰਵਾਈਆਂ ਜਾ ਰਹੀਆਂ ਹਨ ਪ੍ਰੀਖਿਆਵਾਂ ਲਈ ਡੇਟਸ਼ੀਟਸ ਜਲਦੀ ਹੀ ਯੂਨੀਵਰਸਿਟੀ ਵੈੱਬਸਾਈਟ ਤੇ ਅਪਲੋਡ ਕਰ ਦਿੱਤੀਆਂ ਜਾਣਗੀਆਂ ਕੁਝ ਤਕਨੀਕੀ ਕਾਰਨਾ ਕਰਕੇ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਚੱਲ ਰਹੀਆਂ ਪ੍ਰੀਖਿਆਵਾਂ ਦੌਰਾਨ ਡੇਟ ਸ਼ੀਟਸ ਰਿਵਾਈਜ਼ ਕੀਤੀਆਂ ਜਾ ਸਕਦੀਆਂ ਹਨ ਇਸ ਲਈ ਵਿਦਿਆਰਥੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਜਦ ਤੱਕ ਉਹਨਾਂ ਦੀਆਂ ਪ੍ਰੀਖਿਆਵਾਂ ਖਤਮ ਨਹੀਂ ਹੋ ਜਾਂਦੀਆਂ ਤਦ ਤੱਕ ਡੇਟ ਸ਼ੀਟਸ ਯੂਨੀਵਰਸਿਟੀ ਵੈੱਬਸਾਈਟ ਤੇ ਰੈਗੂਲਰ ਚੈੱਕ ਕਰਦੇ ਰਹਿਣ ਇਹ ਪ੍ਰੀਖਿਆਵਾਂ ਦੋ ਸੈਸ਼ਨਸ ਵਿੱਚ ਕਰਵਾਈਆਂ ਜਾ ਸਕਦੀਆਂ ਹਨ पहला सैशन नाइन थर्टी टू वन बाद दोपहर तो दूजा सैशन टू टू सिक्स पी एम तक होगा इस बारे जानकारी शीट्स से उपलब्ध होगी जिन्होंने विद्यार्थियों ने इन्होंने प्रीख्याव अपने एग्जामीनेशन फॉम एग्जामीनेशन फीस भरी है अपने रोल नंबर एडमिट कार्ड मिति नाइनटीन मे ट्वेंटी ट्वेंटी वन ਬਾਦ ਦੁਪਹਿਰ ਡਾਊਨਲੋਡ ਕਰ ਸਕਦੇ ਹਨ ਪ੍ਰੀਖਿਆ ਵਾਲੇ ਦਿਨ ਡੇਟਸ਼ੀਟ ਅਨੁਸਾਰ ਯੂਨੀਵਰਸਿਟੀ ਦੇ ਡਿਪਾਰਟਮੈਂਟ ਕਾਲਜ ਡਿਸਟੈਂਸ এডਿਕੇਸ਼ਨ ਦੇ ਰੈਗੂਲਰ ਰੀਅਪੀਅਰ ਵਿਦਿਆਰਥੀਆਂ ਨੂੰ ਉਹਨਾਂ ਦੇ ਡਿਪਾਰਟਮੈਂਟਸ ਕਾਲਜਸ ਦੁਆਰਾ ਪ੍ਰਸ਼ਨ ਪੱਤਰ ਈਮੇਲ ਨਹੀਂ ਜਾਂ ਹੋਰ ਸਾਧਨਾ ਜਿਵੇਂ WhatsApp ਜਾਂ ਡਿਪਾਰਟਮੈਂਟਸ ਕਾਲਜਸ ਦੀ ਵੈੱਬਸਾਈਟ ਤੇ ਉਪਲਬਧ ਕਰਵਾ ਕੇ ਭੇਜੇ ਜਾਣਗੇ ਇਸ ਲਈ ডিপਾਰਟਮੈਂਟਸ ਕਾਲਜਸ ਦੇ ਰੈਗੂਲਰ ਡਿਸਟੈਂਸ এডਿਕੇਸ਼ਨ ਵਿਦਿਆਰਥੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਆਪਣੇ ডিপਾਰਟਮੈਂਟ ਕਾਲਜ ਨਾਲ ਨਿਰੰਤਰ ਸੰਪਰਕ ਵਿੱਚ ਰਹਿਣ ਅਤੇ ਉਹਨਾਂ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ ਪ੍ਰਾਈਵੇਟ ਵਿਦਿਆਰਥੀ ਆਪਣੇ ਪ੍ਰਸ਼ਨ ਪੱਤਰ ਡੇਟ ਸ਼ੀਟ ਅਨੁਸਾਰ ਪੇਪਰਸ ਡਾਟ pupexaminations.ac.in ਲਿੰਕ ਨੂੰ ਕਲਿੱਕ ਕਰਕੇ ਪ੍ਰਸ਼ਨ ਪੱਤਰ ਡਾਊਨਲੋਡ ਕਰਨਗੇ ਇਸ ਤੋਂ ਇਲਾਵਾ ਵਿਦਿਆਰਥੀ pupdepartments.ac.in/puexam/results.html ਨੂੰ ਕਲਿੱਪ ਕਰਨ ਤੋਂ ਬਾਅਦ ਅਦਰਸ ਨੂੰ ਕਲਿੱਕ ਕਰਕੇ ਡਾਊਨਲੋਡ ਕਰ ਸਕਦੇ ਹਨ ਡਿਸਟੈਂਸ এডਿਕੇਸ਼ਨ ਵਿਭਾਗ ਦੇ ਰੈਗੂਲਰ ਰੀਅਪੀਅਰ ਵਿਦਿਆਰਥੀ ਆਪਣਾ ਪ੍ਰਸ਼ਨ ਪੱਤਰ dccpbi.com ਲਿੰਕ ਸੇ ਕਲਿੱਕ ਕਰਕੇ ਡਾਊਨਲੋਡ ਕਰ ਸਕਦੇ ਹਨ ਵਿਦਿਆਰਥੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਪੇਪਰ ਡਾਊਨਲੋਡ ਕਰਨ ਸਮੇਂ ਪੇਪਰ ਕੋਡ ਜੋ ਕਿ ਡੇਟਸ਼ੀਟ ਉੱਪਰ ਦਰਸਾਇਆ ਗਿਆ ਹੈ ਅਨੁਸਾਰ ਪੇਪਰ ਡਾਊਨਲੋਡ ਕਰਨ ਡੇਟਸ਼ੀਟਸ ਵਿੱਚ ਇਕੋ ਨਾਮ ਵਾਲੇ ਦੋ ਪੇਪਰ ਹੋ ਸਕਦੇ ਹਨ ਪਰ ਉਹਨਾਂ ਦਾ ਕੋਡ ਵੱਖ-ਵੱਖ ਹੋਵੇਗਾ ਇਸ ਲਈ ਵਿਦਿਆਰਥੀ ਨੇ ਆਪਣੀ ਡੇਟਸ਼ੀਟ ਅਨੁਸਾਰ ਪੇਪਰ ਦੇ ਕੋਡ ਅਨੁਸਾਰ ਹੀ ਪੇਪਰ ਡਾਊਨਲੋਡ ਕਰਕੇ ਹੱਲ ਕਰਨਾ ਹੈ ਪੇਪਰ ਹੱਲ ਕਰਨ ਲਈ 2.5 ਘੰਟੇ ਦਾ ਸਮਾਂ ਹੋਵੇਗਾ ਇਸ ਤੋਂ ਇਲਾਵਾ ডিপਾਰਟਮੈਂਟਸ ਕਾਲਜੇਸ ਡਿਸਟੈਂਸ ਐਜੂਕੇਸ਼ਨ ਦੇ ਰੈਗੂਲਰ ਰੀਅਪੀਅਰ ਉਮੀਦਵਾਰਾਂ ਨੂੰ ਪ੍ਰਸ਼ਨ ਪੱਤਰ ਡਾਊਨਲੋਡ ਕਰਨ ਉੱਤਰ ਸ਼ੀਟਸ ਸਕੈਨ ਕਰਕੇ ਈਮੇਲ ਰਾਹੀਂ ਭੇਜਣ ਲਈ 1.5 ਘੰਟਾ ਹੋਰ ਦਿੱਤਾ ਜਾਵੇਗਾ ਪ੍ਰਾਈਵੇਟ ਵਿਦਿਆਰਥੀ ਲਈ ਇਹ 1.5 ਘੰਟਾ ਪ੍ਰਸ਼ਨ ਪੱਤਰ ਡਾਊਨਲੋਡ ਕਰਨ ਅਤੇ ਉੱਤਰ ਕਾਪੀ ਲਿਫਾਫੇ ਵਿੱਚ ਬੰਦ ਕਰਕੇ ਰਜਿਸਟਰਡ ਪੋਸਟ ਸਪੀਡ ਪੋਸਟ ਕਰਨ ਲਈ ਹੋਵੇਗਾ ਇਸ ਤਰ੍ਹਾਂ ਸਾਰੀ ਪ੍ਰਕਿਰਿਆ ਲਈ ਕੁੱਲ 4 ਘੰਟੇ ਦਾ ਸਮਾਂ ਉਮੀਦਵਾਰ ਨੂੰ ਦਿੱਤਾ ਜਾਂਦਾ ਹੈ ਨੇਤਰਹੀਨ ਅੰਗਹੀਨ ਵਿਦਿਆਰਥੀਆਂ ਨੂੰ ਪੇਪਰ ਹੱਲ ਕਰਨ ਲਈ ਨਿਯਮਿਤ ਸਮੇਂ ਨਾਲੋਂ 40 ਮਿੰਟ ਵਾਧੂ ਸਮਾਂ ਦਿੱਤਾ ਜਾਵੇਗਾ ਨੇਤਰਹੀਨ ਅੰਗਹੀਨ ਵਿਦਿਆਰਥੀ ਲਿਖਾਰੀ ਦਾ ਪ੍ਰਬੰਧ ਆਪ ਕਰੇਗਾ ਕਿਸੇ ਵੀ ਕੋਰਸ ਵਿੱਚ ਜੇਕਰ ਕਿਸੇ ਪੇਪਰ ਦਾ ਸਮਾਂ 2 ਘੰਟੇ ਤੋਂ ਘੱਟ ਨਿਸ਼ਚਿਤ ਹੈ ਤਾਂ ਉਹ ਵਿਦਿਆਰਥੀ ਆਪਣਾ ਪੇਪਰ ਪਹਿਲਾਂ ਵਾਲੇ ਨਿਰਧਾਰਿਤ ਸਮੇਂ ਵਿੱਚ ਹੀ ਹੱਲ ਕਰਨਗੇ ਹਰੇਕ ਵਿਦਿਆਰਥੀ ਨੇ ਪ੍ਰਸ਼ਨ ਪੱਤਰ ਹੱਲ ਕਰਨ ਲਈ A4 ਸ਼ੀਟ ਦੇ ਵੱਧ ਤੋਂ ਵੱਧ 16 ਸ਼ੀਟਸ ਦੀ ਵਰਤੋਂ ਕਰਨੀ ਹੈ ਉਮੀਦਵਾਰ ਹਰ ਪੰਨੇ ਦੇ ਇੱਕ ਪਾਸੇ ਹੀ ਲਿਖੇਗਾ ਅਤੇ ਨਥੀ ਨਮੂਨਾ ਉੱਤਰ ਸ਼ੀਟ ਦੇ ਅਨੁਸਾਰ ਕਲਾਸ ਰੋਲ ਨੰਬਰ ਵਿਸ਼ਾ ਮੀਡੀਅਮ ਵਰਤੇ ਗਏ ਪੰਨੇ ਡੇਟ ਬਾਰੇ ਲਿਖੇਗਾ ਅਤੇ ਆਪਣੇ ਦਸਤਖਤ ਕਰੇਗਾ ਵਿਦਿਆਰਥੀ ਵੱਲੋਂ ਪੇਪਰ ਹੱਲ ਕਰਨ ਲਈ ਸਿਰਫ ਨੀਲੇ ਬਾਲ ਪੈਨ ਦੀ ਵਰਤੋਂ ਹੀ ਕੀਤੀ ਜਾਵੇ ਵਿਦਿਆਰਥੀ ਸ਼ੀਟ ਦੇ ਪਹਿਲੇ ਪੰਨੇ ਤੇ ਵਰਤੋਂ ਵਿੱਚ ਲਿਆਂਦੇ ਕੁੱਲ ਪੰਨੇ ਦਰਸਾਏਗਾ ਵਿਦਿਆਰਥੀ ਵੱਲੋਂ ਹਲ ਕਿਤੇ ਆਖਰੀ ਉੱਤਰ ਸ਼ੀਟ ਤੇ تصدیق ਕੀਤਾ ਜਾਵੇ ਕਿ ਇਹ ਪੇਪਰ ਮੇਰਾ ਖੁਦ ਦਾ ਹੱਥ ਲਿਖਤ ਹੈ ਵਿਦਿਆਰਥੀ ਹਰੇਕ ਪੰਨੇ ਤੇ ਕ੍ਰਮ ਅਨੁਸਾਰ ਪੰਨਾ ਨੰਬਰ ਲਿਖੇਗਾ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਨਮੂਨਾ ਸ਼ੀਟ ਦੇ ਮੁਤਾਬਿਕ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਉੱਤਰ ਪੰਨੇ ਦਿੱਤੇ ਗਏ ਫਾਰਮੈਟ ਦੇ ਅਨੁਸਾਰ ਤਿਆਰ ਕਰਕੇ ਰੱਖ ਲੈਣ ਉੱਤਰ ਸ਼ੀਟ ਦਾ ਨਮੂਨਾ ਆਪਣੀ ਆਨਸਰ ਸ਼ੀਟ ਦੇ ਪਹਿਲੇ ਪੰਨੇ ਤੇ ਵਿਦਿਆਰਥੀ ਨੇ ਕਲਾਸ ਰੋਲ ਨੰਬਰ ਸ਼ਬਦਾਂ ਵਿੱਚ ਅੱਖਰਾਂ ਵਿੱਚ ਵਿਸ਼ਾ ਪੇਪਰ ਪੇਪਰ ਦੀ ਆਪਸ਼ਨ ਮੀਡੀਅਮ ਡੇਟ ਵਰਤੇ ਗਏ ਕੁੱਲ ਪੰਨੇ ਵਿਦਿਆਰਥੀ ਦੇ ਹਸਤਾਖਰ ਇਹ ਪੇਪਰ ਸਟਾਰਟ ਹੋਣ ਤੋਂ ਪਹਿਲਾਂ ਹੀ ਤਿਆਰ ਕਰਕੇ ਰੱਖ ਲੈਣਾ ਹੈ ਹਰੇਕ ਵਿਦਿਆਰਥੀ ਵੱਲੋਂ ਪ੍ਰਸ਼ਨ ਪੱਤਰ ਦੇ ਕੁੱਲ ਪ੍ਰਸ਼ਨਾਂ ਦਾ 50% ਪੇਪਰ ਹੱਲ ਕਰਨਾ ਹੋਵੇਗਾ ਜੇਕਰ કુલ ਪ੍ਰਸ਼ਨ ਦਾ ਅੱਧ ਡੈਸੀਮਲਸ 0.5 ਵਿੱਚ ਆਉਂਦਾ ਹੈ ਤਾਂ ਇਸ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਜਾਵੇ ਉਦਾਹਰਨ ਦੇ ਤੌਰ ਤੇ ਜੇਕਰ ਪ੍ਰਸ਼ਨ ਪੱਤਰ ਵਿੱਚ કુલ ਪ੍ਰਸ਼ਨ 9 ਜਾਂ 7 ਹਨ ਤਾਂ ਕ੍ਰਮਵਾਰ 4 ਅਤੇ 3 ਪ੍ਰਸ਼ਨਾਂ ਦਾ ਜਵਾਬ ਉਮੀਦਵਾਰ ਵੱਲੋਂ ਦਿੱਤਾ ਜਾਵੇਗਾ ਸਾਰੇ ਪ੍ਰਸ਼ਨਾਂ ਦੇ ਨੰਬਰ ਇਕੋ ਜਿਹੇ ਹੋਣਗੇ ਪ੍ਰਸ਼ਨ ਪੱਤਰ ਦੇ ਸੈਕਸ਼ਨ ਸੰਬੰਧੀ ਹਦਾਇਤਾਂ ਜੇਕਰ ਕੋਈ ਹੋਵੇ ਨਜ਼ਰ ਅੰਦਾਜ਼ ਕਰ ਦਿੱਤੀਆਂ ਜਾਣ ਪ੍ਰਸ਼ਨ ਪੱਤਰ ਉਪਰ ਦਰਸਾਏ ਕੁੱਲ ਅੰਕ ਉਹੀ ਹੋਣਗੇ ਪੇਪਰ ਹਾਲ ਕਰਨ ਤੋਂ ਬਾਅਦ ਡਿਪਾਰਟਮੈਂਟ ਕਾਲਜ ਡਿਸਟੈਂਸ ਐਜੂਕੇਸ਼ਨ ਦੇ ਰੈਗੂਲਰ ਰੀਅਪੀਅਰ ਕਪੈਸਿਟੀ ਅਧੀਨ ਪ੍ਰੀਖਿਆ ਦੇ ਰਿਹਾ ਹਰੇਕ ਵਿਦਿਆਰਥੀ ਨਿਰਧਾਰਿਤ ਸਮੇਂ ਵਿੱਚ ਹਰ ਸ਼ੀਟ ਨੂੰ ਕ੍ਰਮ ਅਨੁਸਾਰ ਸਕੈਨ ਕਰਕੇ ਇੱਕ ਪੀਡੀਐਫ ਫਾਈਲ ਬਣਾਏਗਾ ਅਤੇ ਇਸ ਫਾਈਲ ਨੂੰ ਡਿਪਾਰਟਮੈਂਟ ਕਾਲਜ ਵੱਲੋਂ ਦਿੱਤੀ ਈਮੇਲ ਰਾਹੀਂ ਫਾਈਲ ਅਟੈਚ ਕਰਕੇ ਭੇਜੇਗਾ ਜੇਕਰ ਵਿਦਿਆਰਥੀ ਕੋਲ ਅਜਿਹੇ ਸਾਧਨ ਮੌਜੂਦ ਨਹੀਂ ਹਨ ਕਿ ਉਹ ਉੱਤਰ ਸ਼ੀਟਸ ਨੂੰ ਸਕੈਨ ਕਰਕੇ ਪੀਡੀਐਫ ਬਣਾ ਕੇ ਫਾਈਲ ਭੇਜ ਸਕੇ ਤਾਂ ਆਪਣੀ ਉੱਤਰ ਸ਼ੀਟਸ ਨਿਰਧਾਰਿਤ ਸਮੇਂ ਵਿੱਚ ਸਬੰਧਿਤ ਕਾਲਜ ਦੇ ਪ੍ਰਿੰਸੀਪਲ ਡਿਪਾਰਟਮੈਂਟ ਦੇ ਮੁਖੀ ਨੂੰ ਦਸਤੀ ਤੌਰ ਤੇ ਜਾਂ ਰਜਿਸਟਰਡ ਡਾਕ ਜਾਂ ਸਪੀਡ ਪੋਸਟ ਰਾਹੀਂ ਭੇਜੇਗਾ ਪ੍ਰਾਈਵੇਟ ਵਿਦਿਆਰਥੀ ਪੇਪਰ ਹੱਲ ਕਰਨ ਤੋਂ ਬਾਅਦ ਉਸੇ ਦਿਨ ਹੀ ਆਪਣੀ ਉਤਰ ਕਾਪੀ ਸਪੀਡ ਪੋਸਟ ਜਾਂ ਰਜਿਸਟਰਡ ਡਾਕ ਰਾਹੀ ਸਹਾਇਕ ਰਜਿਸਟਰਾਰ ਸੀਕ੍ਰੇਸੀ ਬ੍ਰਾਂਚ ਪ੍ਰੀਖਿਆ ਸ਼ਾਖਾ ਪੰਜਾਬੀ ਯੂਨੀਵਰਸਿਟੀ ਪਟਿਆਲਾ 147002 ਨੂੰ ਭੇਜੇਗਾ ਜੇਕਰ ਪ੍ਰੀਖਿਆ ਸ਼ਾਮ ਦੇ ਸੈਸ਼ਨ ਵਿੱਚ ਹੋ ਰਹੀ ਹੈ ਜਾਂ ਪ੍ਰੀਖਿਆ ਵਾਲੇ ਦਿਨ ਡਾਕ ਘਰ ਬੰਦ ਹੈ ਤਾਂ ਵਿਦਿਆਰਥੀ ਆਪਣੀ ਉੱਤਰ ਕਾਪੀ ਅਗਲੇ ਇੱਕ ਕਾਰਜਕਾਰੀ ਦਿਨ ਵਿੱਚ ਉਪਰੋਕਤ ਪਤੇ ਤੇ ਭੇਜ ਸਕਦਾ ਹੈ ਵਿਦਿਆਰਥੀ ਆਪਣੀ ਉੱਤਰ ਕਾਪੀ ਸੀਕਰੇਸੀ ਬ੍ਰਾਂਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਦਸਤੀ ਵੀ ਉਕਤ ਸਮੇਂ ਅਨੁਸਾਰ ਜਮ੍ਹਾਂ ਕਰਵਾ ਸਕਦਾ ਹੈ ਇਸ ਤੋਂ ਇਲਾਵਾ ਹੋਰ ਕਿਸੇ ਢੰਗ ਜਾਂ ਉਕਤ ਸਮੇਂ ਤੋਂ ਬਾਅਦ ਭੇਜੀ ਗਈ ਉੱਤਰ ਕਾਪੀ ਦਾ ਮੁਲਾਂਕਣ ਨਹੀਂ ਕਰਵਾਇਆ ਜਾਵੇਗਾ ਪ੍ਰੀਖਿਆਵਾਂ ਸੰਬੰਧੀ ਸਮੇਂ-ਸਮੇਂ 'ਤੇ ਜਾਰੀ ਗਾਈਡਲਾਈਨਸ ਲਈ ਵਿਦਿਆਰਥੀ ਆਪਣੇ ਡਿਪਾਰਟਮੈਂਟ ਕਾਲਜ ਦੇ ਸੰਪਰਕ ਵਿੱਚ ਰਹਿਣਗੇ ਅਤੇ ਯੂਨੀਵਰਸਿਟੀ ਵੈੱਬਸਾਈਟ ਨੂੰ ਸਮੇਂ-ਸਮੇਂ ਦੇਖਣਾ ਉਨ੍ਹਾਂ ਲਈ ਲਾਜ਼ਮੀ ਹੋਵੇਗਾ ਪ੍ਰਾਈਵੇਟ ਵਿਦਿਆਰਥੀ ਇਹਨਾਂ ਹਦਾਇਤਾਂ ਨੂੰ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਦੀ ਵੈੱਬਸਾਈਟ ਤੇ ਚੈੱਕ ਕਰਦੇ ਰਹਿਣ ਇਸ ਸੈਸ਼ਨ ਦੀਆਂ ਪ੍ਰੀਖਿਆਵਾਂ ਦੀਆਂ ਉੱਤਰ ਕਾਪੀਆਂ ਲਈ ਪੁਨਰ ਮੁਲਾਂਕਣ ਰੀ ਚੈਕਿੰਗ ਦੀ ਸਹੂਲਤ ਨਹੀਂ ਹੋਵੇਗੀ ਜਿਸ ਵਿਦਿਆਰਥੀ ਨੇ ਇਹਨਾਂ ਪ੍ਰੀਖਿਆਵਾਂ ਲਈ ਪ੍ਰੀਖਿਆ ਫੀਸ ਅਤੇ ਫਾਰਮ ਜਮ੍ਹਾਂ ਕਰਵਾਇਆ ਹੈ ਪਰੰਤੂ ਉਹ ਕਨਟੇਨਮੈਂਟ ਏਰੀਆ ਵਿੱਚ ਰਹਿਣ ਜਾਂ ਕਰੋਨਾ ਪੋਜ਼ਿਟਿਵ ਹੋਣ ਕਾਰਨ ਪ੍ਰੀਖਿਆ ਨਹੀਂ ਦੇ ਸਕਦਾ ਤਾਂ ਉਹ ਇਸ ਬਾਰੇ ਯੂਨੀਵਰਸਿਟੀ ਡਿਪਾਰਟਮੈਂਟ ਜਾਂ ਸੰਬੰਧਿਤ ਕਾਲਜ ਨੂੰ ਲਿਖਤੀ ਜਾਂ ਈਮੇਲ ਰਾਹੀਂ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਸੂਚਿਤ ਕਰਦਾ ਹੈ ਤਾਂ ਅਜਿਹੇ ਵਿਦਿਆਰਥੀ ਅਗਲੀਆਂ ਹੋਣ ਵਾਲੀਆਂ ਪ੍ਰੀਖਿਆਵਾਂ ਵਿੱਚ ਬੈਠ ਸਕਦੇ ਹਨ Good luck for your exams. Thank you for watching this presentation. Stay safe.